ਬਾਰਾ ਠੰਡ ਲੱਗ ਜੂ ਸਰੀਰ ਸੁੰਗੜ ਜੂ ਪਤਾ ਨਹੀਂ ਨਾ ਚੌਲ ਮਾਰ ਜਾਂਦੀ ਹੈ ਮੈਂ ਨਾ ਨਵੇਂ ਸਾਲ ਦੇ ਚੌਲ ਚ ਪੀਜਾ ਜ਼ਿਆਦਾ ਖਾ ਲਿਆ ਡਾਕਟਰ ਨਾਲ ਹੀ ਲੈ ਕੇ ਆਇਆ सवेर दिन तीन चार गोलियां दित्तियां सूत जो है इतने आके वैसे हो गया मैं पहले ही शुरू कर लेते दो घंटे यार गोली की लोड़ नहीं पैनी तू डॉक्टर ठीक लगे हूँ वाह 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 लली छली रखा सब का गए जिथे जावा पैन पटाके नी मारे करा दे काके नी लब ची असला दस की मसला लब ची असला दस की मसला कम की दस सरकार सरदार जी बैठे मैं हम सरदार की डेफिनेशन है सरदार बैठे उन्होंने देख लो
ਤੁਹਾਡੇ ਬਾਪੂ ਦੀ ਉਮਰ ਦੇ ਆ ਤੁਹਾਤ ਦਾ ਆਸ ਵੀ ਨਹੀਂ ਕਰ ਸਕਦੇ ਵੀ ਬਾਪੂ ਨੂੰ ਰੋਟੀ ਖਵਾਉਂਗੇ ਘਰੇ ਕਿ ਨਹੀਂ ਬਹਿ ਜਾਓ ਬਹਿ ਜਾਓ ਬਹਿ ਜਾਓ ਆ ਜੋਸ਼ ਸਾਂਭ ਕੇ ਰੱਖੋ ਦੁਬਾਰਾ ਜਾਣਾ ਪੈਣਾ ਦਿੱਲੀ ਟਰੈਕਟਰ ਤਿਆਰ ਰੱਖੋ ਤੋ ਮੈਂ ਸਪੋਰਟਨੇ ਦੀ ਲੋੜ ਨਹੀਂ ਹੋ ਪੈਂਦੀ ਹੋ ਸਦਾ ਕਿਰਦਾਰ ਬੋਲਦਾ ਕੰਧਾ ਕਾਂਬ ਦੇ ਕੰਧਾਰ ਦੀ ਅਕੰਬ ਦੀ ਜਦੋਂ ਸਰਦਾਰ ਬੋਲਦਾ ਪੋਤਾ ਚੜ੍ਹ ਸੀ ਉਹਦਾ ਲੜਕਾਰ ਦਾ ਜਾ ਲਾਹੌਰ ਵਿੱਚ ਵੈਰੀ ਨੂੰ ਵਿਗਾੜਦਾ ਪੋਤਾ ਚੜ੍ਹ ਸੀ ਉਹਦਾ ਲੜਕਾਰ ਦਾ ਜਾ ਲਾਹੌਰ ਵਿੱਚ ਵੈਰੀ ਨੂੰ ਵਿਗਾੜਦਾ निकल बजा लिदे पोतिया टाइम नहीं क्यों बोलता ऐदा दे किरदार बनाने आप ऐदा बनना जिते पग बन ली फिर ऐ रहना माझे दे नाल खड़ना अपने लिए लड़ना नहीं किस लिए जिहड़ा लड़दा उह नूं सरदार कहिंदे आ कंधा काबले कंधार दी ਕੰਪਨੀਆਂ ਦੀ ਹੜੱਪਣ ਦੀ ਤਿਆਰੀ ਹੈ ਇਹਨਾਂ ਦੇ ਨਾਲ ਰਲ ਗਈ ਇਹਨਾਂ ਦੇ ਨਾਲ ਰਲ ਗਈ ਦੇਖ ਲੈ ਦਿੱਲੀ ਦੀ ਸਰਕਾਰ ਹਾਂ ਸਰਕਾਰ ਹਾਂ ਬਾਕੀ ਗੱਲਾਂ ਬਾਪੂ ਦੀ ਸੋਹਣੀਆਂ।